ਪੰਜਾਬ ਯੂਨੀਵਰਸਿਟੀ ਤੇ ਚੱਲ ਰਹੇ ਆਰਥਿਕ ਸੰਕਟ ਦਾ ਅਸਰ ਮੁਲਾਜ਼ਮਾਂ ਦੀਆਂ ਹੁਣ ਹਰ ਮਹੀਨੇ ਦੀਆਂ ਤਨਖਾਹਾਂ ਤੇ ਪੈ ਰਿਹਾ ਹੈ। ਮੁਲਾਜ਼ਮਾਂ ਨੂੰ ਅਪ੍ਰੈਲ ਮਹੀਨੇ ਦੀ ਤਨਖਾਹ ਅੱਜ 5 ਮਈ ਹੁਣ ਤੱਕ ਵੀ ਨਹੀਂ ਦਿੱਤੀ ਗਈ, ਜਦਕਿ ਪਹਿਲਾਂ ਇਹ ਤਨਖਾਹ 1 ਤਰੀਕ ਨੂੰ ਖਾਤਿਆਂ ਦੇ ਵਿੱਚ ਪਾ ਦਿੱਤੀ ਜਾਂਦੀ ਸੀ। ਜਾਣਕਾਰੀ ਅਨੁਸਾਰ ਇਸ ਵਾਰ ਵੀ ਪੰਜਾਬੀ ਯੂਨੀਵਰਸਿਟੀ ਨੂੰ 28 ਕਰੋੜ ਰੁਪਏ ਦਾ ਓਵਰ ਡਰਾਫਟ ਚੁੱਕਣਾ ਪੈ ਰਿਹਾ ਹੈ, ਜਦਕਿ ਪਹਿਲਾਂ 57 ਕਰੋੜ ਦਾ ਓਵਰ ਡਰਾਫਟ ਬੈਂਕ ਕੋਲੋਂ ਯੂਨੀਵਰਸਿਟੀ ਨੇ ਚੁੱਕ ਕੇ ਤਨਖਾਹਾਂ ਦਿੱਤੀਆਂ ਨੇ, ਪਰ ਅਜੇ ਤੱਕ ਕੁਝ ਕਾਰਵਾਈਆਂ ਅਧੂਰੀਆਂ ਹੀ ਰਹਿਣ ਕਰਕੇ ਬੈਂਕ ਨੇ ਓਵਰ ਡਰਾਫਟ ਦੀ ਰਕਮ ਯੂਨੀਵਰਸਿਟੀ ਦੇ ਖਾਤੇ ਵਿੱਚ ਤਬਦੀਲ ਨਹੀਂ ਕੀਤੀ। ਜਾਣਕਾਰੀ ਅਨੁਸਾਰ ਇਸ ਵਾਰ ਤਨਖਾਹਾਂ ਨਾ ਮਿਲਣ ਕਰਕੇ ਅਧਿਆਪਕਾਂ ਤੇ ਕਰਮਚਾਰੀਆਂ ਦੇ ਵਿੱਚ ਰੋਸ ਹੈ। ਇਹ ਕਿਆਸ ਲਗਾਏ ਜਾ ਰਹੇ ਸੀ ਕਿ ਜੋ 25 ਕਰੋੜ ਰੁਪਏ ਯੂਨੀਵਰਸਿਟੀ ਨੂੰ ਦੇਣ ਵਾਲੀ ਗ੍ਰਾਂਟ ਪੰਜਾਬ ਸਰਕਾਰ ਦੇ ਕੋਲ ਬਕਾਇਆ ਪਈ ਹੈ, ਉਹ ਨਵੇਂ ਵਾਈਸ ਚਾਂਸਲਰ ਅਨੁਰਾਗ ਵਰਮਾ ਲਿਆ ਕੇ ਯੂਨੀਵਰਸਿਟੀ ਦੀ ਵਿੱਤੀ ਹਾਲਤ ਨੂੰ ਠੀਕ ਕਰਨਗੇ। ਪਰ ਸੂਤਰਾਂ ਅਨੁਸਾਰ ਉਲਟਾ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਗ੍ਰਾਂਟਾਂ ਨੂੰ 12 ਕਿਸ਼ਤਾਂ ਦੇ ਵਿੱਚ ਵੰਡ ਦਿੱਤਾ ਹੈ। ਯੂਨੀਵਰਸਿਟੀ ਉੱਤੇ 85 ਕਰੋੜ ਦਾ ਕਰਜ਼ਾ ਚੜਿਆ ਹੋਇਆ ਹੈ। ਇਸ ਤੋਂ ਇਲਾਵਾ ਇਸ ਵਾਰ ਯੂਨੀਵਰਸਿਟੀ ਦੇ ਵਿੱਚ 98 ਕਰੋੜ ਦੇ ਘਾਟੇ ਵਾਲਾ ਬਜਟ ਵੀ ਪਾਸ ਕੀਤਾ ਗਿਆ ਹੈ।